इन दिनों हाड़कंपा देने वाली ठंड पड़ रही है। ठंड से बचाव को ग्रामीण क्षेत्रों में लोग अंगीठी का इस्तेमाल कर रहे हैं, लेकिन बंद कमरे में अंगीठी कितनी हानिकारक है, आज अमृतसर में यह देखने को मिला। जब अमृतसर के इलाका टोपा भाई शालों में एक प्रवासी परिवार जो रात को अपने कमरे के अंदर कोयले की अंगीठी जलाकर सो रहा था कि अचानक रात को सारा परिवार इस कोयले की जहरीली गैस की चपेट में आ गया, जिससे कि मौके पर बच्चा और उसकी माता की मौत हो गई और पति इस समय अमृतसर के गुरु नानक देव अस्पताल में जेर इलाज है। वहीं इस मौके पर पड़ोस के लोगों ने इस घटना को लेकर पुलिस को सूचित किया, जिससे कि पुलिस मौके पर पहुंचकर धारा 174 के तहत मामला दर्ज कर लिया है और आगे की कार्यवाही शुरू कर दी है। ਸਾਡੇ ਕੋਲ ਸਵੇਰੇ ਇਨਫੋਰਮੇਸ਼ਨ ਆਈ ਹੈਗੀ ਆ, ਇੱਕ ਅਫਜ਼ਲ ਆਪਣੇ ਪਰਿਵਾਰ ਨਾਲ ਰਹਿੰਦਾ ਸੀਗਾ, ਉਹਦੀ ਵਾਈਫ ਰਜੀਨਾ ਅਤੇ ਬੇਟਾ ਰਜ਼ਾਨ, ਇੱਥੇ ਬੰਗਾਲੀ ਫੈਮਿਲੀ ਹੈਗੀ ਨੇ, ਇੱਥੇ ਗਰੁੱਪਦਾਰ ਉਹ ਸੁਨੇਹਾ ਦਾ ਕੰਮ ਕਰਦਾ ਸੀਗਾ ਅਤੇ ਰਾਤ ਉਹਨੇ ਆਪਣੇ ਕਮਰੇ ਦੇ ਵਿੱਚ ਕਿਤੇ ਬਾਲਟੇ ਦੇ ਵਿੱਚ ਕੋਲੇ ਬਾਲ ਕੇ ਅੱਗ ਲਾਈ ਹੋਈ ਸੀਗੀ ਗਰਮਾਇਸ਼ ਵਾਸਤੇ। ਅਤੇ ਜਿਹੜੀ ਵਾਈਫ ਅਤੇ ਉਹਦੀ ਹੈਗੀ ਆ ਰਜੀਨਾ ਅਤੇ ਉਹਦਾ ਬੇਟਾ ਹੈਗਾ ਰਜ਼ਾਨ 4 ਸਾਲ ਦਾ, ਉਹਨਾਂ ਦੀ ਮੌਕੇ ਡੈਥ ਹੋ ਗਈ ਆ। ਅਤੇ ਜਿਹੜਾ ਉਹਦਾ ਘਰ ਵਾਲਾ ਅਫਜ਼ਲ ਹੈਗਾ ਆ ਉਹਨੂੰ ਗੁਦਾਮ ਦੇ ਹਸਪਤਾਲ ਦਾਖਲ ਕਰਾਇਆ ਗਿਆ, ਉਹਦੀ ਕੰਡੀਸ਼ਨ ਕਾਫੀ ਸੀਰੀਅਸ ਦੱਸ ਰਹੇ ਹੈਗੇ ਨੇ ਅਤੇ ਅਫਜ਼ਲ ਦੇ ਭਰਾ ਦੇ ਬਿਆਨ ਦੇ ਉੱਪਰ ਚੌਥੀ ਕਾਰਵਾਈ ਕਰ ਰਹੇ ਹਾਂ ਆਪਾਂ। ਲੱਗਦਾ ਇੱਦਾਂ ਹੀ ਆ, ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜਾ ਕਲੀਅਰ ਜਿਹੜੀ ਸਾਬਤ ਹੋਊਗਾ ਜੀ ਕਿਸ ਤਰੀਕੇ ਨਾਲ ਉਹਦੀ ਡੈਥ ਹੋਈ ਆ। ਇੱਥੇ ਜਿਹੜੇ ਨਵੇਂ ਮਕਾਨ ਦੇ ਵਿੱਚ ਕਹਿੰਦੇ 3-4 ਮਹੀਨੇ ਤੋਂ ਕਿਰਾਏ 'ਤੇ ਰਹਿ ਰਹੇ ਸੀਗੇ। ਫਿਲਹਾਲ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਪਸ਼ਚਿਮ ਬੰਗਾਲ ਦੇ।